ਮੈਦਾਨ ਦੇ ਵਿੱਚ ਵੇਖਣ ਨੂੰ ਮਿਲੇਗਾ। ਸਾਡੇ ਬਹੁਤ ਸਤਿਕਾਰਯੋਗ, ਸਾਡੇ ਵਿੱਚ ਅੱਜ ਉਹ ਸ਼ਖਸੀਅਤ ਨਹੀਂ ਰਹੀ ਸਰਦਾਰ ਗੁਰਦੀਪ ਸਿੰਘ ਮੱਲੀ ਜੀ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਯਾਦ ਕੀਤੇ ਬਿਨਾਂ ਰਹਿ ਨਹੀਂ ਸਕਦੇ, ਜਿਨ੍ਹਾਂ ਦੇ ਮਾਲਵੇ ਨੂੰ ਦੇਣ ਇੱਕ ਕਬੱਡੀ ਮਾਂ ਖੇਡ ਨੂੰ ਦੇਣ ਅਤੇ ਬਹੁਤ ਸਾਰੇ ਖਿਡਾਰੀ ਉਹਨਾਂ ਦੇ ਪੈਦਾ ਕੀਤੇ ਹੋਏ ਨੇ ਅਤੇ ਅੱਜ ਉੱਚੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ। ਸਾਡੇ ਇੱਥੇ ਬਹੁਤ ਵਧੀਆ ਖਿਡਾਰੀ ਜਿਹੜੇ ਉਹਨਾਂ ਵੱਲੋਂ ਉਹਨਾਂ ਨੇ ਮਿਹਨਤ ਕਰਾ ਕੇ ਅੱਜ ਉਹਨਾਂ ਖਿਡਾਰੀਆਂ ਨੂੰ ਉੱਚੀਆਂ ਬੁਲੰਦੀਆਂ 'ਤੇ ਪਹੁੰਚਾਇਆ ਹੈ। ਸਰਦਾਰ ਗੁਰਦੀਪ ਸਿੰਘ ਮੱਲੀ ਜੀ, ਆਹ ਮੈਚ ਬਹੁਤ ਵਧੀਆ ਮੈਚ ਖੇਡਿਆ ਜਾਣਾ ਹੈ ਦੋਨੋਂ ਟੀਮਾਂ ਨਾਲ, ਜਿੱਥੋਂ ਤੱਕ ਮੇਰੀ ਨੌਲੇਜ ਦੇ ਵਿੱਚ ਦੋਨੇ ਟੀਮਾਂ ਦੇ ਵਿੱਚ ਉਹ ਖਿਡਾਰੀਆਂ ਜੋ ਪੰਜਾਬ ਭਰ ਦੇ ਵਿੱਚ ਵਧੀਆ ਪ੍ਰਦਰਸ਼ਨ ਕਰਦੀਆਂ ਹੈ। ਇੱਕ ਖਿਡਾਰ ਬਣਾਈ ਹੈ ਜਿਹਨੇ ਇਸ ਸਾਲ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਆਪਦੀ ਟੀਮ ਨੂੰ ਆਪਦੇ ਦਮ ਤੇ ਜਿਤਾਇਆ। ਜੈਸਮੀਨ ਖੇਡ ਰਹੀ ਹੈ, ਫਰੀਦਕੋਟ ਨੂੰ ਮਾਣ ਹੈ ਜੈਸਮੀਨ ਵਰਗੀ ਖਿਡਾਰ ਤੇ, ਦੂਸਰੀ ਸਾਈਡ ਸੀਨਾ ਵਰਗੀਆਂ ਖਿਡਾਰਨਾ, ਮਨਪ੍ਰੀਤ ਵਰਗੀਆਂ ਖਿਡਾਰਨਾ ਜਿਹੜੀਆਂ ਖੇਡ ਰਹੀਆਂ। ਵਧੀਆ ਮੈਚ ਖੇਡਿਆ ਜਾਂਦਾ, ਕੁਝ ਖਿਡਾਰਨਾ ਮੈਨੂੰ ਲੱਗਦਾ ਹਰਿਆਣੇ ਨੂੰ ਬਿਲੋਂਗ ਕਰਦੀਆਂ। ਇੱਕ ਫਿਰ ਮੈਡਮ ਮਨਜੀਤ ਕੌਰ ਜੀ ਮੁੱਖ ਕੋਚ ਫਰੀਦਕੋਟ, ਉਹ ਟੀਮ ਨੂੰ ਜਿਹੜੀ ਖਿਡਾ ਰਹੇ ਆ ਤੇ ਦੂਸਰੀ ਸਾਈਡ ਟੀਮ ਜਿਹੜੀ ਖੇਡੇਗੀ ਕ੍ਰੇਜ਼ੀ ਕੈਟਸ ਦੀ। ਕ੍ਰੇਜ਼ੀ ਕੈਟਸ ਵਰਸਿਸ ਐਮਪੀ ਕਵੀਨ ਦਾ ਇਹ ਬਹੁਤ ਹੀ ਵਧੀਆ ਮੈਚ ਇਹਨਾਂ ਦੋ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ। ਸੋ ਇਸ ਮੈਚ ਦੇ ਲਈ ਸਾਡੇ ਅੱਜ ਦੇ ਮੁੱਖ ਮਹਿਮਾਨ ਸਾਡੇ ਕੋਲ ਪਹੁੰਚ ਚੁੱਕੇ ਨੇ, ਸਰਦਾਰ ਗੁਰਜਾਤ ਸਿੰਘ ਸੇਖੋਂ ਜੀ, ਚੇਅਰਮੈਨ ਸੁਪਰ ਸੈਵਨ ਕਬੱਡੀ ਲੀਗ। ਉਹਨਾਂ ਜੀਆਂ ਦਾ ਸੁਪਰ ਸੈਵਨ ਕਬੱਡੀ ਲੀਗ ਵਿੱਚ ਪਹੁੰਚਣ ਦੇ ਤਹਿ ਦਿਲ ਤੋਂ ਧੰਨਵਾਦ ਕਰਦੇ। ਹਾਂਜੀ ਆਇਆ ਕਹਿੰਦੇ, ਹਾਂਜੀ ਆਇਆ ਕਹਿੰਦੇ ਹਾਂ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ, ਤੁਸੀਂ ਆਪਣੇ ਕੀਮਤੀ ਰਜੇਵਿਆਂ ਵਿੱਚੋਂ ਸਮਾਂ ਕੱਢ ਕੇ ਇਹਨਾਂ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਗਰਾਊਂਡ ਦੇ ਵਿੱਚ ਆਏ। ਸੋ ਹੁਣ ਅਸੀਂ ਰਿਕੁਐਸਟ ਕਰਦੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਜੀਆਂ ਨੂੰ, ਸਰਦਾਰ ਗੁਰਜਾਤ ਸਿੰਘ ਸੇਖੋਂ ਜੀ, ਚੇਅਰਮੈਨ ਸੁਪਰ ਸੈਵਨ ਕਬੱਡੀ ਲੀਗ, ਇਹਨਾਂ ਨੂੰ ਸਕੋਟ ਕਰਨਗੇ ਸਰਦਾਰ ਗੁਰਮੀਤ ਸਿੰਘ ਜੀ, ਸਰਦਾਰ ਗੜਕਰਨ ਸਿੰਘ ਜੀ। ਸਾਡੇ ਇਹਨਾਂ ਦੋਨਾਂ ਟੀਮਾਂ ਦੇ ਨਾਲ ਜਾਣ ਪਹਿਚਾਣ ਦੇ ਲਈ ਮੈਂ ਰਿਕੁਐਸਟ ਕਰਦੀ ਹਾਂ ਸਾਡੇ ਵਿੱਚ ਪਹੁੰਚੇ ਹੋਏ ਸਾਡੇ ਅੱਜ ਦੇ ਮੁੱਖ ਮਹਿਮਾਨ, ਸਾਡੇ ਦੂਸਰੇ ਮੈਚ ਦੇ ਮੁੱਖ ਮਹਿਮਾਨ ਸਰਦਾਰ ਗੁਰਜਾਤ ਸਿੰਘ ਸੇਖੋਂ ਜੀ, ਚੇਅਰਮੈਨ ਸੁਪਰ ਸੈਵਨ ਕਬੱਡੀ ਲੀਗ, ਉਹਨਾਂ ਨੂੰ ਸਪੋਰਟ ਕਰਦੇ ਹੋਏ ਸਰਦਾਰ ਗੜਕਰਨ ਸਿੰਘ ਜੀ, ਸਰਦਾਰ ਗੁਰਮੀਤ ਸਿੰਘ ਜੀ। ਲਓ ਜੀ, ਸਭ ਤੋਂ ਪਹਿਲਾਂ ਐਂਗਰੀ ਕੁਵੀਨ ਦੀ ਟੀਮ ਦੇ ਨਾਲ ਜਾਣ ਪਹਿਚਾਣ ਕਰਦੇ ਹੋਏ ਸਾਡੇ ਅੱਜ ਦੇ ਮੁੱਖ ਮਹਿਮਾਨ ਜੀ, ਸਾਡੇ ਅੱਜ ਦੇ ਮੁੱਖ ਮਹਿਮਾਨ ਜੀ ਦੀ ਸ਼ਖਸੀਅਤ ਝਲਕਦੀ ਹੋਈ ਨਜ਼ਰ ਆ ਰਹੀ ਹੈ।
ਸਾਡੇ ਆਫੀਸ਼ੀਅਲ ਸਹਿਬਾਨ ਜਾਨ ਪਹਿਚਾਨ ਕਰਦੇ ਹੋਏ ਸਾਡੇ ਸੈਕਿੰਡ ਮੈਚ ਦੇ ਮੁੱਖ ਮਹਿਮਾਨ ਸਰਦਾਰ ਗੁਰਜਾਤ ਸਿੰਘ ਸੇਖੋਂ ਜੀ ਚੇਅਰਮੈਨ ਸਪੌਂਸਰ ਵੀਰਾਂ ਨੂੰ ਮੇਰੀ ਬੇਨਤੀ ਆ ਜਿਨ੍ਹਾਂ ਵੀਰਾਂ ਕੋਲ ਪਾਸ ਹੋਣਗੇ ਸਟੇਜ ਤੋਂ ਉਹਨਾਂ ਨੂੰ ਦੂਜੀ ਸਟੇਜ 'ਤੇ ਕਰ ਦਿਓ ਕਿਉਂਕਿ ਸਾਡੇ ਵੀ ਆਈ ਪੀ ਆ ਰਹੇ ਨੇ ਸਾਈਡਾਂ ਵਾਲੀਆਂ ਸਟੇਜਾਂ ਇੱਕ ਸਾਈਡ ਕੋਚਿੰਗ ਸਾਹਿਬਾਨਾਂ ਦੀ ਸਟੇਜ ਆ ਉਹ ਉੱਥੇ ਬਰਾਜਮਾਨ ਨੇ ਦੂਜੀ ਸਟੇਜ ਜਿਨ੍ਹਾਂ ਕੋਲ ਪਾਸ ਹੈਗੇ ਨੇ ਸਪੌਂਸਰ ਵੀਰਾਂ ਨੂੰ ਬੇਨਤੀ ਆ ਵੀ ਉਹਨਾਂ ਨੂੰ ਦਿਓ ਜਿਨ੍ਹਾਂ ਕੋਲ ਪਾਸ ਹੈਗੇ ਉਹਨਾਂ ਨੂੰ ਸਟੇਜ 'ਤੇ ਕਰ ਦਿਓ ਆਪਣੀਆਂ ਆਪਣੀਆਂ ਪੌੜੀਆਂ ਬਾਹਰ ਲੱਗੀਆਂ ਹੋਈਆਂ ਨੇ ਪਲੀਜ਼ ਸਪੌਂਸਰ ਵੀਰਾਂ ਨੂੰ ਬੇਨਤੀ ਆ ਲਓ ਜੀ ਟੌਸ ਕਰਵਾਈ ਜਾ ਰਹੀ ਮੈਚ ਦੇ ਸਟਾਰਟ ਹੋਣ ਤੋਂ ਪਹਿਲਾਂ ਟੌਸ ਮੁਕਾਬਲਾ ਸਰ ਇਹ ਟੌਸ ਕਿਹੜੀ ਟੀਮ ਨੇ ਜਦੋਂ ਹੈਲੋ ਕਹਿੰਦਾ ਉਦੋਂ ਬਾਅਦ ਜਦੋਂ ਇੱਕ ਇੱਧਰੋਂ ਹੈਲੋ ਕਹਿੰਦਾ ਫਿਰ ਆਪਦਾ ਡੀਜੇ ਲਾਵੇਗਾ ਜਿਹੜੀ ਵਾਈਟ ਟੀ ਸ਼ਰਟ ਦੇ ਵਿੱਚ ਖਿਡਾਰੀਆਂ ਖੇਡ ਰਹੀ ਹੈ ਜੂਨੀਅਰ ਟੀਮ ਹੈ ਐਂਗਰੀ ਕੁਈਨਸ ਇੱਕ ਸਾਈਡ ਮੈਡਮ ਮਨਜੀਤ ਕੌਰ ਕੋਚ ਫਰੀਦਪੁਰ ਜੋ ਟੀਮ ਨੂੰ ਖਿਡਾ ਰਹੇ ਹੈ ਵੱਡਾ ਤਜਰਬਾ ਹੈ ਤੇ ਦੂਸਰੀ ਸਾਈਡ ਗੁਰਪ੍ਰੀਤ ਸਿੰਘ ਜੀ ਪੰਜਾਬ ਪੁਲਿਸ ਉਹ ਟੀਮ ਨੂੰ ਖਿਡਾ ਰਹੇ ਹੈ ਰੇਡ ਪਹਿਲੀ ਰੇਡ ਜਿਹੜੀ ਪਈ ਹੈ ਐਂਗਰੀ ਕੁਈਨਸ ਦੀ ਟੀਮ ਦੀ ਤੇ ਦੂਸਰੀ ਸਾਈਡ ਸੱਤ ਨੰਬਰ ਕਲਪਨਾ ਕਲਪਨਾ ਦੇ ਤਜਰਬਾ ਬਹੁਤ ਹੈ ਪਰ ਟੀਮ ਜੂਨੀਅਰ ਟੀਮ
खेल रही है एक टीम जी पहला जूनियर नैशनल दे विच जूनियर शेर दे विच पोजीशन इन्होंने फाइट जी प्राप्त की है ते अज टीआरपी दे मूहरे किहो जिहा प्रदर्शन करेगी टीम पर हुण जिस खिलार ने रेड पाउणी है कि तारी जोर नाल मार लो ये खिलार ने आपके दम ते जिहड़ी आपकी टीम नूं बिन कराया पर पहली रेड ते पहली कैच जिहड़ी बज गई बड़े बड़े खिलाड़ियों नूं कैचां बज जांदियां पर पहली रेड जैसमीन ਮਨਦੀਪ ਸੁਲਾਖੀ ਤੇ ਗੁਰਵਿੰਦਰ ਸਿੰਘ ਸਾਡੇ ਅਗਲੇ ਕਮੇਂਦੇ ਹੋਣਗੇ ਸਾਰੀ ਸਾਡੇ ਆਰਗੇਨਾਈਜ਼ਰ ਸਾਡੀ ਜਿੰਨੀ ਵੀ ਕਮੇਟੀ ਹੈ ਸਾਰਿਆਂ ਦਾ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਕਲਪਨਾ ਕਲਪਨਾ ਨਾਮ ਹੈ ਇਸ ਖਿਡਾਰਨ ਦਾ ਫਸਟ ਸਟੈਪ ਪਿੱਛੇ ਟੀ ਸ਼ਰਟ ਤੇ ਲਿਖਿਆ ਹੋਇਆ ਸਾਡੇ ਮੇਨ ਸਪੋਂਸਰ ਦੇ ਵਿੱਚ ਫਸਟ ਸਟੈਪ ਪਰ ਬਹੁਤ ਵਧੀਆ ਕਿੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਲਪਨਾ ਤੇ ਪੁਆਇੰਟ ਜਿਹੜਾ ਆਪਦੀ ਟੀਮ ਦੇ ਹਿੱਸੇ ਦੇ ਵਿੱਚ ਜੋੜਿਆ ਹੁਣ ਤਜਰਬਾ ਬੜਾ ਭਾਰੀ ਪੈਣਾ ਹੋਇਆ ਜੰਗ ਟੀਮ ਦੇ ਮਨਦੀਪ ਸਿੰਘ ਸੁਲਿਆਣੀ ਤੇ ਗੁਰਿੰਦਰ ਸਿੰਘ ਸੁਖਾਨੀ ਇਹ ਆ ਜਾਣਗੇ ਸਾਡੇ ਅਗਲੇ ਕਮੇਟੀ ਤੋਂ ਜੀ ਇੱਕ ਨੰਬਰ ਗੇਟ ਦੇ ਵਿੱਚ ਬਹੁਤ ਵਧੀਆ ਕੋਸ਼ਿਸ਼ ਬਹੁਤ ਵਧੀਆ ਪੁਆਇੰਟ ਕਾਦਰ ਤੇ ਸ਼ੀਨਾ ਉਹਨਾਂ ਨੂੰ ਟੱਚ ਲਾ ਕੇ ਕਰਾਉਣ ਤੋਂ ਬਾਅਦ ਅੱਠ ਨੰਬਰ ਗੇਟ ਦੇ ਵਿੱਚ ਰਜਨੀ ਰਜਨੀ ਦੀ ਪਾਈ ਹੋਈ ਰੇਡ ਤੇ ਦਾ ਚਾਰ ਸਟਾਪਰ ਤਿਆਰ ਬਰ ਤਿਆਰ ਨੇ ਜੀ ਚਾਰ ਸਟਾਪਰ ਬੱਟੇ ਤੇ ਸੁਪਰ ਟੈਕਲ ਹੋਣ ਦਾ ਕੋਈ ਚਾਂਸ ਨਹੀਂ ਚਾਰ ਸਟਾਪਰ ਬਹੁਤ ਵਧੀਆ ਕੋਸ਼ਿਸ਼ ਇੱਕ ਨੰਬਰ ਦਾ ਵਾਅਦਾ ਕਰਦੀ ਹੋਈ ਰਜਨੀ ਸਾਡੇ ਮਨਦੀਪ ਸਿੰਘ ਸੁਲਹਾਨੀ ਤੇ ਗੁਰਿੰਦਰ ਸਿੰਘ ਸੁਲਹਾਨੀ ਜਿਹੜੇ ਅਗਲੇ ਕਮੈਂਟੇਟਰ ਹੈ ਜੈਸਮੀਨ ਦੀ ਫੇਰ ਰੇਡ ਪਹਿਲੀਆਂ ਦੋ ਰੇਡਾਂ ਦੋ ਕੈਚਾਂ ਜਿਹੜੀਆਂ ਜੈਸਮੀਨ ਨੂੰ ਬਚ ਚੁੱਕੀਆਂ ਹੈ ਹੁਣ ਟੀਮ ਜਿਹੜੀ ਬਹੁਤ ਭਾਰੀ ਪੈਂਦੀ ਜਾ ਰਹੀ ਹੈ ਤਜਰਬਾ ਭਾਰੀ ਪੈਂਦਾ ਜਾ ਰਿਹਾ ਹੈ ਇੱਕ ਸਾਈਡ ਟੀਮ ਜਿਹੜੀ ਕ੍ਰੇਜ਼ੀ ਗਰਲਸ ਤੇ ਦੂਸਰੀ ਸਾਈਡ ਜਿਹੜੀ ਟੀਮ ਖੇਡਦੀ ਹੈ ਐਂਗਰੀ ਕੁਈਨਸ ਬਹੁਤ ਵਧੀਆ ਸੁਪਰ ਟੈਕਲ ਦੀ ਕੋਸ਼ਿਸ਼ ਪਰ ਪੁਆਇੰਟ ਆਲ ਆਊਟ ਹੋ ਚੁੱਕੀ ਹੈ ਟੀਮ ਐਂਗਰੀ ਕੁਈਨਸ ਦੀ ਹੁਣ ਥੋੜੇ ਥਰਮੇ ਦੇ ਨਾਲ ਮੈਡਮ ਮਨਜੀਤ ਜੀ ਉਹਨਾਂ ਨੂੰ ਕੋਈ ਟ੍ਰੇਨਿੰਗ ਕਰਨੀ ਪੈਣੀ ਹੈ ਕਿਉਂਕਿ ਜਦੋਂ ਐਸਲ ਜੂਨੀਅਰ ਚੈਂਪੀਅਨਸ਼ਿਪ ਹੋਈ ਉਦੋਂ ਵੀ ਟੀਮ ਥੋੜੀ ਪਿੱਛੇ ਸੀਗੀ ਪਰ ਉਸ ਤੋਂ ਬਾਅਦ ਫਸਟ ਪੋਜੀਸ਼ਨ ਹਾਸਲ ਕੀਤੀ ਸੀਗੀ ਫਰੀਦਕੋਟ ਜ਼ਿਲ੍ਹੇ ਦੀ ਟੀਮ ਨੇ ਮਨਦੀਪ ਸੁਲਹਾਨੀ ਜੀ ਤੇ ਗੁਰਿੰਦਰ ਸਿੰਘ ਜੀ ਸੁਲਹਾਨੀ ਸਤਿ ਸ੍ਰੀ ਅਕਾਲ ਸਾਰੇ ਮਿੱਤਰਾਂ ਪਿਆਰਿਆਂ ਨੂੰ ਹੋਰ ਧੰਨਵਾਦ ਕਿਹੜੇ ਦਿੱਤੇ ਮਾਣ ਮਾਣ ਲਈ ਦੱਸਦੀਆਂ ਰਾਹ ਵਿੱਚ ਛਾਵਾਂ ਪਰ ਬਹਿਣੇ ਲਈ ਦਿਲਾਂ ਦਿਆਂ ਵੇਹਰਿਆਂ ਤੇ ਮਹਿਫਲਾਂ ਚ ਜਾਣ ਲਈ ਜਗਦਾ ਦੀ ਦੀਵਾ ਜਿਹੜਾ ਜੱਗ ਤੇ ਕਬੱਡੀ ਵਾਲਾ ਚੁੱਕ ਚੁੱਕ ਮੱਤੀ ਉਹਨੂੰ ਦੂਰ ਚ ਬਣਾਉਣ ਲਈ ਧੰਨਵਾਦ ਤੁਹਾਡਾ ਮੈਨੂੰ ਦਿਲੋਂ ਚਾਹ ਲਈ ਅੱਜ ਮੈਂ ਬਹੁਤ ਹੀ ਧੰਨਵਾਦ ਹਾਂ ਪੰਜਾਬ ਕਬੱਡੀ ਐਸੋਸੀਏਸ਼ਨ ਜਿਨ੍ਹਾਂ ਨੇ ਬਾਬਾ ਫਰੀਦ ਜੀ ਦੀ ਯਾਦ ਵਿੱਚ ਸੁਪਰ ਕਬੱਡੀ ਸੈਵਨ ਲੀਗ ਦਾ ਤੀਜਾ ਸੀਜ਼ਨ ਸ਼ੁਰੂ ਕੀਤਾ ਹੈ ਜੋ ਕਿ ਫਰੀਦਕੋਟ ਵਿੱਚ ਹੋਣ ਜਾ ਰਿਹਾ ਹੈ ਫਰੀਦਕੋਟ ਦੇ ਸਾਰੇ ਹੀ ਜਿੰਨੇ ਵੀ ਇੱਥੋਂ ਦੀ ਪਬਲਿਕ ਆ ਸਾਰੇ ਵਧਾਈ ਦੇ ਪਾਤਰ ਨੇ ਸੋ ਮੈਚ ਦੀ ਗੱਲ ਕਰਨਗੇ ਮੇਰੇ ਨਾਲ ਮੇਰੇ ਸੱਜਣ ਮਨਦੀਪ ਸਿੰਘ ਜੀ ਸੁਲਹਾਣੀ ਸਰਦਾਰ ਦਲੀਪ ਸਿੰਘ ਜੀ ਸੁਲਹਾਣੀ ਹੈਲੋ ਪਟਿਆਲਾ ਪੈਂਥਰਸ ਔਰ ਫਰੀਦਕੋਟ ਫਾਈਟਰਸ ਸੈੱਟ ਕਰਨਾ ਥੋੜਾ ਕੱਟ ਮਾਰਦਾ ਇਹਨੂੰ ਰੇਂਜ ਨੂੰ ਸੈੱਟ ਕਰਨਾ ਬੜੀ ਪਿਆਰੀ ਜਿਹੜੀ ਸਾਊਂਡ ਹੈ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿ ਦੁਨੀਆਂ ਉੱਤੇ ਦਰ ਹੈ ਨਹੀਂ ਕੋਈ ਗੁਰੂ ਨਾਨਕ ਦੇ ਦਰ ਵਰਗਾ ਧੂੜ ਸ੍ਰੀ ਨਾਲ ਕਾਣੇ ਜਹੀ ਤੇ ਅੰਮ੍ਰਿਤ ਅੰਮ੍ਰਿਤਸਰ ਵਰਗਾ ਜ਼ਿਲ੍ਹਾ ਫਰੀਦਕੋਟ ਪੰਜਾਬ ਦਾ ਬੜਾ ਮਾਣ ਮੱਤਾ ਜਿਹੜਾ ਜ਼ਿਲ੍ਹਾ ਮੇਰੇ ਵੀਰੋ ਪਰ ਇਹ ਜਿਹੜਾ ਕਿਸੇ ਜਾਣ ਤੇ ਪਹਿਚਾਣ ਦਾ ਮੁਹਤਾਜ ਨਹੀਂ ਕਿਉਂਕਿ ਬਾਬਾ ਫਰੀਦ ਜੀ ਦੀ ਚਰਨ ਵਰਗ ਧਰਤੀ ਹੈ ਕਿ ਫਰੀਦਾ ਥਾਕ ਨਾ ਲੱਲੀਏ ਠਾਕੋ ਜੇੜਨਾ ਕੋਈ ਜੀਵਦਿਆਂ ਪੈਰਾਂ ਥੱਲੇ ਤੇ ਮੋਹ ਆਕਰ ਹੋਏ ਮੈਂ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਸਪੋਂਸਰ ਨੇ ਕਬੱਡੀ ਸੁਪਰ ਸੈਵਨ ਲੀਗ ਦੇ ਸੀਜ਼ਨ 3 ਦੇ ਔਰ ਜਿਨ੍ਹਾਂ ਨੇ ਵੀਰਾਂ ਨੇ ਆਰਗੇਨਾਈਜ਼ ਕੀਤਾ ਅੱਜ ਦਾ ਟੂਰਨਾਮੈਂਟ ਸਾਰੇ ਭਰਾਵਾਂ ਦਾ ਬਹੁਤ ਬਹੁਤ ਵੱਡਾ ਧੰਨਵਾਦ ਔਰ ਮੈਂ ਧੰਨਵਾਦ ਕਰਦਾ ਸਾਡੇ
ਗੁਰਜਾਪ ਸਿੰਘ ਜੀ ਸੇਖੋ ਸਾਹਿਬ ਚੇਅਰਮੈਨ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਜਿੰਨਿਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਸਟੇਜ ਦੇ ਵਿਰਾਜਮਾਨ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਆਪਾਂ ਜੁੜ ਕੇ ਗਰਾਊਂਡ ਦੇ ਨਾਲ ਤੇ ਗਰਾਊਂਡ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਜੇ ਬੋਲਦਿਆਂ ਤੇ ਕੋਈ ਗਲਤੀ ਹੋ ਜਾਵੇ ਤਾਂ ਮਾਫ਼ੀ ਚਾਹਾਂਗੇ। ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਬਹੁਤ ਹੀ ਤਕੜਾ ਮੈਚ ਖੇਡਿਆ ਜਾ ਰਿਹਾ ਹੈ। ਇੱਕ ਪਾਸੇ ਜਿਹੜੀ ਟੀਮ ਹੈ ਉਹ ਐਂਗਰੀ ਕੁਈਨਸ ਦੀ ਹੈ, ਜਿਹੜੀ ਵਾਈਟ ਕਿੱਟ ਦੇ ਵਿੱਚ ਹੈ ਮੇਰੀ ਵੀਡੀਓ, ਔਰ ਜਿਹੜੀ ਪਿੰਕ ਕਿੱਟ ਦੇ ਵਿੱਚ ਟੀਮ ਹੈ ਕ੍ਰੇਜ਼ੀ ਕੈਟਸ ਦੀ। ਔਰ ਕਬੱਡੀ ਜਿਹੜੀ ਐਂਗਰੀ ਕੁਈਨ ਦੀ ਤਰਫੋਂ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ। ਔਰ ਮੇਰੀ ਬੇਨਤੀ ਹੈ ਲੜਕੀਆਂ ਦੀਆਂ ਦੋਵੇਂ ਟੀਮਾਂ ਦੋਸਤਾਂ ਨੂੰ ਕਿਹੜੀਆਂ ਟੀਮਾਂ ਸੀ ਆਪਾਂ ਅਨਾਊਂਸ ਕਰ ਦਈਏ ਤਾਂ ਜੋ ਗਰਾਊਂਡ ਖਾਲੀ ਨਾ ਹੋਵੇ। ਦੋਵੇਂ ਟੀਮਾਂ ਕਿਰਪਾ ਕਰਕੇ ਜ਼ਰੂਰ ਹੈ ਰੈਡੀ ਹੋ ਕੇ ਗਰਾਊਂਡ ਦੇ ਲਾਗੇ ਪੁੱਜਣਗੀਆਂ। ਲੋਕ ਕਬੱਡੀ ਕ੍ਰੇਜ਼ੀ ਕੈਟਸ ਦੀ ਤਰਫੋਂ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਲੋਕੋ ਧੀਆਂ ਹੁੰਦੀਆਂ ਧੀਆਂ ਧੀਆਂ ਬਾਜਦਾ ਲੱਗਣ ਧੀਆਂ ਕਹਿ ਕੇ ਸੱਚ ਸਿਆਣੇ ਜੀਵਾਂ ਧੀਆਂ ਦਾ ਸਤਿਕਾਰ ਕਰੋ ਔਰ ਰੱਬ ਦੇ ਕੰਮ ਵਿੱਚ ਵਿਘਨ ਪਊਗਾ ਧੀ ਨਾ ਮਾਰ ਦਿਓ। ਵਾਕਿਆ ਬਿਲਕੁਲ ਮੁੰਡਿਆਂ ਦੀ ਤਰ੍ਹਾਂ ਕਬੱਡੀ ਖੇਡੀ ਜਾ ਰਹੀ ਹੈ। ਲੋਕ ਤਕੜਾ ਮੈਚ ਹੈ ਅੱਜ ਲੀਗ 3 ਔਰ ਮੇਰੇ ਵੀ ਸੈਕਿੰਡ ਮੈਚ ਹੈ ਮਾਂ ਖੇਡ ਕਬੱਡੀ ਦੀ ਗੱਲ ਹੈ। ਲੋਕ ਪਹਿਲੀ ਕਬੱਡੀ ਗੰਦਰ ਦੀ ਕਰੋ ਕੁੜੀ ਦੀ ਗੱਲ ਮੈਂ ਸਾਰੇ ਪ੍ਰਬੰਧਕਾਂ ਵੱਲੋਂ ਬੇਨਤੀ ਆ ਜਿੰਨੇ ਵੀ ਇੱਥੇ ਪਤਵੰਤੇ ਸੱਜਣ ਆਏ ਨੇ ਸਾਰੇ ਦਰਸ਼ਕ ਵੀ ਆਏ ਨੇ ਬਹੁਤ ਹੀ ਤੁਸੀਂ ਪਤਵੰਤੇ ਹੋ। ਪ੍ਰਬੰਧਕ ਸਾਹਿਬਾਨਾਂ ਵੱਲੋਂ ਬੇਨਤੀ ਆ ਕਿ ਜਿਹੜੇ ਵੀ ਕਬੱਡੀ ਓਨਰਾਂ ਤੋਂ ਬਿਨਾਂ ਟੀਮ ਓਨਰਾਂ ਤੋਂ ਬਿਨਾਂ ਸੱਜਣ ਸੋਫਿਆਂ 'ਤੇ ਬੈਠੇ ਨੇ ਪਲੀਜ਼ ਕਿਰਪਾ ਕਰਕੇ ਕੋਠੀਆਂ 'ਤੇ ਬਿਰਾਜਮਾਨ ਹੋ ਜਾਓ ਤਾਂ ਜੋ ਕਬੱਡੀ ਓਨਰਾਂ ਨੂੰ ਬੈਠਣ ਲਈ ਜਗ੍ਹਾ ਮਿਲ ਸਕੇ। ਸਾਡੇ ਪ੍ਰਬੰਧਕਾਂ ਵੱਲੋਂ ਬੇਨਤੀ ਆ ਕਿ ਕਿਰਪਾ ਕਰਕੇ ਕਬੱਡੀ ਓਨਰਾਂ ਤੋਂ ਬਿਨਾਂ ਕੋਈ ਵੀ ਸੱਜਣ ਸੋਫਿਆਂ 'ਤੇ ਬਿਰਾਜਮਾਨ ਨਾ ਹੋ ਪਲੀਜ਼। ਇਸ ਨੂੰ ਇੱਕ ਜ਼ਰੂਰੀ ਬੇਨਤੀ ਜਾਵੇ ਵਾਕਈ ਮੇਰੇ ਕੋਲ ਜਿਨ੍ਹਾਂ ਵੀਰਾਂ ਕੋਲ ਪਾਏ ਪਾਸ ਨਹੀਂ ਹੈਗੇ ਉਹ ਕਿਰਪਾ ਕਰਕੇ ਸੋਫਿਆਂ ਦੇ ਨਾਂ ਬੈਠਣ। ਇਹ ਸੋਫੇ ਜਿਹੜੇ ਆ ਸਾਡੇ ਆਉਣ ਵਾਲੇ ਸੱਜਣਾਂ ਲਈ ਹੈ ਜਿਨ੍ਹਾਂ ਨੂੰ ਅਸੀਂ ਇਨਵਾਈਟ ਕੀਤਾ। ਹੱਥ ਵੱਢ ਕੇ ਬੇਨਤੀ ਸਾਰੇ ਭਰਾਵਾਂ ਨੂੰ ਤਕੜੀ ਰੇਡ ਫਿਰ ਖੇਡ ਦੇ ਮੈਦਾਨ ਵਿੱਚ ਬਹਿ ਗਈ ਹੈ ਕਿ ਖੇਡ ਦੇ ਮੈਦਾਨ ਵਿੱਚ ਖਿੱਚਦੀ ਲਕੀਰ ਤੇ ਅੱਜ ਪਤਾ ਲੱਗੂ ਕੀ ਦਾ ਤਕੜਾ ਸਰੀਰ ਹੈ। ਖੇਡ ਦੇ ਮੈਦਾਨ ਵਿੱਚ ਕੀ ਦਾ ਤਕੜਾ ਸਰੀਰ। ਐਂਗਰੀ ਕੁਈਨ ਵੱਲੋਂ 2 ਨੰਬਰ ਕੈਟ 'ਚ ਜੋ ਬੱਚੀ ਆਈ ਸੀ ਉਹ ਵਾਪਸ ਚਲੀ ਗਈ ਆ। 7 ਨੰਬਰ ਕੈਟ 'ਚ ਜੋ ਕਿ ਮੁੰਡਿਆਂ ਵਾਂਗਾ ਹੀ ਸਟੈਲ ਆ, ਮੁੰਡਿਆਂ ਵਾਂਗੂ ਹੀ ਖੇਡ। ਦੇਖੋ 3 ਸਟੋਪਰਾਂ 2 ਕਾਰਨਰ ਆ, ਇੱਕ ਕੱਲੀ ਇੱਕ ਕਾਰਨਰ ਤੇ ਹੈਗੇ ਆ। ਦੇਖੋ ਦੇਖੋ ਵਧੀਆਂ ਤਾੜੀਆਂ ਤੇ ਪਤਾ ਲੱਗ ਜਾਂਦਾ ਯਾਰ ਲੋਕਾਂ ਦੇ ਮਨ ਲੱਗਿਆਂ ਦਾ। ਇੱਥੇ ਦੁਨੀਆਂ ਪੂਜਦੀ ਯੋਧਿਆਂ ਨੂੰ, ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ। ਵਾਕਿਆ ਦੁਨੀਆਂ ਯੋਧਿਆਂ ਨੂੰ ਪੂਜ ਪੂਜਦੀ ਆ। ਜਿੱਦਾਂ ਵੀ ਸਾਡੇ ਆਫੀਸ਼ਲ ਹੈ ਜ਼ਿੰਮੇਵਾਰੀਆਂ ਵੱਡੀਆਂ ਔਰ ਬਹੁਤ ਖੂਬੀ ਲਵਾ ਰਹੇ ਆ ਸਾਡੇ ਸਤਿਕਾਰਯੋਗ ਸਾਰੇ ਵੀਰਾਂ ਦਾ ਵੱਡਾ ਧੰਨਵਾਦ ਹੈ। ਸੇਵਾ ਸਿੰਘ ਜੀ ਮਚਾਕੀ ਮਲ ਸਿੰਘ ਵਾਲੇ ਪੁੱਜੇ ਹੈ, ਕਮਲਜੀਤ ਸਿੰਘ ਜੀ ਬਰਾੜ, ਰਾਜਾ ਝਾਰੀ ਵਾਲਾ ਜਿਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਹੈ ਜੋ ਲੀਗ ਦੇ ਕੈਸ਼ੀਅਰ ਨੇ ਮੇਰੇ ਵੀ ਕਬੱਡੀ ਐਸੋਸੀਏਸ਼ਨ ਦੇ, ਔਰ ਨਾਲ ਸਾਡਾ ਵੀਰ ਗੁਰਪ੍ਰੀਤ ਖਾਨ ਜਿਹੜਾ ਟੀਮ ਲੈ ਕੇ ਪੁੱਜਿਆ ਹੈ। ਔਰ ਮੈਂ ਧੰਨਵਾਦ ਕਰਦਾ ਜਿੰਨੇ ਵੀ ਸਾਡੇ ਪਕਵਾਨੇ ਸਟੇਜ ਦੇ ਬਿਰਾਜਮਾਨ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਤੇਰਾ ਸਾਊਂਡ ਬੜਾ ਪਿਆਰਾ, ਬੜੀ ਪਿਆਰੀ ਆਵਾਜ਼ ਹੈ, ਧੰਨਵਾਦ ਹੈ। ਬਹੁਤ ਵਧੀਆ ਤੇਰਾ, ਧੰਨਵਾਦ ਕਰਦੇ ਵੀਰੇ, ਬਹੁਤ ਵਧੀਆ। ਕਬੱਡੀ ਖੇਡੀ ਜਾ ਰਹੀ ਹੈ, 5 ਡਿਫੈਂਡਰਸ ਨੇ ਐਨ ਸੱਜੇ ਖੱਬੇ ਨਾ ਟੱਚ ਲਾਉਣ ਦੀ ਟਰਾਈ ਕਰਦੀ ਨੌਜਵਾਨ ਮੁਟਿਆਰ, ਪਰ ਟੱਚ ਨਹੀਂ ਲੱਗਾ। ਸਾਡੇ ਅਫੀਸ਼ੀਅਲ ਫੈਸਲਾ ਕਰਨਗੇ ਪੁਆਇੰਟ ਜਿਹੜਾ ਹੈ ਉਹ ਐਗਰੀ ਕੁਈਨਸ ਦੀ ਟੀਮ ਦੇ ਹਿੱਸੇ ਜੁੜ ਗਿਆ। ਫਿਰ ਦੇ ਮੈਦਾਨ ਦੇ ਵਿੱਚ ਅਗਲੀ ਰੇਡ ਐਸੀ ਪਿੰਕ ਕਿੱਟ ਦੇ ਵਿੱਚ ਹੈ, ਬੜੀਆਂ ਵਧੀਆ ਕਬੱਡੀਆਂ ਪੈ ਰਹੀ ਹੈ। 4 ਸਟਾਪਸ ਤਕੜਾ ਮੈਚ ਤੇ ਐਨ ਮੁੰਡਿਆਂ ਦੇ ਵਾਂਗੂ ਜੱਫੇ ਲੱਗ ਰਹੇ ਹੈ। ਸਟਾਪਸ ਬੜਾ ਬਾਅਦ ਕਮਾਲ ਜਿਹੜਾ ਜੱਫਾ ਲਾ ਕੇ ਬੱਲੇ ਬੱਲੇ ਕਰਾ ਗਏ। ਹਾਂਜੀ ਹਾਂ, ਬੜੀ ਵਧੀਆ, ਧੰਨਵਾਦ ਕਰਦੇ ਗੁਰਿੰਦਰ ਜੀ, ਹੈਗਾ ਬੈਟ। ਪਰ ਮੇਰੀ ਬੇਨਤੀ ਲੜਕੀਆਂ ਦੀਆਂ ਅਗਲੀਆਂ ਦੋਵੇਂ ਟੀਮਾਂ ਉਹ ਕਿਰਪਾ ਕਰਕੇ ਜਿਹੜੀਆਂ ਅਨਾਊਂਸ ਕੀਤੀਆਂ ਸੀ
ਕੋਚ ਸਾਹਿਬਾਂ ਨੂੰ ਬੇਨਤੀ ਵੀ ਮੈਨੂੰ ਦੱਸੋ ਕਿਹੜੀਆਂ ਟੀਮਾਂ ਆਪਾਂ ਅਨਾਊਂਸ ਕਰਦੀ ਹੈ ਜੀ ਰੇਡਰ ਆਊਟ ਦਾ ਜਿਹੜਾ ਪੁਆਇੰਟ ਹੈ ਕ੍ਰੇਜ਼ੀ ਕੈਟ ਟੀਮ ਦੇ ਹਿੱਸੇ ਜੁੜ ਗਏ ਹੈ ਅਗਲੀ ਰੇਡ ਫਿਰ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ 10 ਨੰਬਰ ਕਿੱਟ ਦੇ ਵਿੱਚ 9 ਨੰਬਰ ਪਿਆਰ ਕਬੱਡੀ ਪਾ ਰਹੀ ਹੈ ਐਨ ਉੱਚਾ ਲੰਮਾ ਕੱਦ ਬਿਲਕੁਲ ਖੇਡ ਮੇਰੇ ਵੀਰੋ ਫੁਰਤੀ ਦੀ ਹੈ ਚੁਸਤੀ ਦੀ ਹੈ ਦਿਮਾਗ ਦੀ ਹੈ ਜੀਰਦਾਰੀ ਦੀ ਹੈ ਪੰਜਾਬ ਦੀਆਂ ਸ਼ੇਰ ਬੱਚੀਆਂ ਅੱਜ ਇਹਨਾਂ ਗਰਾਊਂਡਾਂ ਦਾ ਸ਼ਿੰਗਾਰ ਬਣੀਆਂ ਜਿੰਨੀ ਵੀ ਸੰਗਤ ਹੈ ਜਿੰਨੇ ਵੀ ਦਰਸ਼ਕ ਅੱਜ ਇਸ ਗਰਾਊਂਡ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਦੁਨੀਆਂ ਦਾ ਸਭ ਤੋਂ ਮਹਿੰਗਾ ਗਿਫਟ ਹੈ ਕਿਸੇ ਨੂੰ ਆਪਣਾ ਟਾਈਮ ਦੇਣਾ ਕਿਸੇ ਨੂੰ ਆਪਣਾ ਸਮਾਂ ਦੇਣਾ ਤੁਹਾਡਾ ਧੰਨਵਾਦ ਹੈ ਤੁਸੀਂ ਕਬੱਡੀ ਨੂੰ ਟਾਈਮ ਦੇ ਰਹੇ ਹੋ ਇਹਨਾਂ ਪਲੇਅਰਾਂ ਨੂੰ ਟਾਈਮ ਦੇ ਰਹੇ ਹੋ ਮੇਰੀ ਬੇਨਤੀ ਹੈ ਜਿਹੜਾ ਪਹਿਲਾ ਮੈਚ ਹੈ ਇਹ ਲੜਕਿਆਂ ਦਾ ਹੋਵੇਗਾ ਪਟਿਆਲਾ ਪੈਂਥਰਸ ਔਰ ਫਰੀਦਕੋਟ ਫਾਈਟਰਸ ਇਹ ਲੜਕਿਆਂ ਦੀਆਂ ਦੋਵੇਂ ਟੀਮਾਂ ਕਿਰਪਾ ਕਰਕੇ ਰੈਡੀ ਰਹਿਣਗੀਆਂ ਵਿਰਦਰ ਜੀ ਲੈ ਨੌਜਵਾਨ ਪਟਿਆਲਾ ਕਬੱਡੀ ਪਾਰੀ ਤੇ ਕਰੋਗਾ ਹੁਣ ਦੇਖੋ 8 ਨੰਬਰ ਕੈਟ ਚ ਮੇਰੇ ਬਹੁਤ ਹੀ ਪਿਆਰੇ ਸੱਜਣ ਗੋਪੀ ਸਿੰਘ ਪ੍ਰਧਾਨ ਜਿਹੜੇ ਕਿ ਸਪੋਰਟਸ ਸੈਂਟਰ ਵਿੱਚ ਪੀਏਪੀ ਵਿੱਚ ਜੋਬ ਨਿਭਾ ਰਹੇ ਨੇ ਉਹਨਾਂ ਦੀ ਤਿਆਰ ਕੀਤੀ ਹੈ ਟੀਮ ਦੀ ਖਿਡਾਰਨ ਜੋ ਕਿ 8 ਨੰਬਰ ਵਿੱਚ ਦੇਖੋ ਆਪਣੇ ਪੁਆਇੰਟ ਲੈ ਕੇ ਆਪਣੇ ਘਰ ਰਜਨੀ ਨੇ ਪੁਆਇੰਟ ਜੋੜਤਾ ਆਪਣੀ ਟੀਮ ਦੇ ਲਈ ਵਾਕਈ ਬੜੀ ਵਧੀਆ ਕੋਸ਼ਿਸ਼ ਬੜਾ ਵਧੀਆ ਮੇਰੇ ਵੀਰੋ ਮੈਚ ਓ ਤਕੜਾ ਮੈਚ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਬਈ ਜਿਹਨੂੰ ਪਾ ਰਿਹਾ ਹੱਥ ਦਿੱਤਾ ਨਹੀਂ ਉਹ ਜਾਣ ਬਈ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਣ ਜੀ ਵਾਕਈ ਗੱਲ ਕੇਐਸ ਨੇ ਕੀਤੀ ਹੈ ਹਾਂਜੀ ਇੱਧਰ ਮਿਕਲਾ ਪਿੰਡਾਂ ਦਾ ਪੰਜਾਬ ਦੀ ਲਾਈਵ ਵੰਨ ਮੈਂ ਤਾਂ ਸਾਈਟ ਹੈ ਮੇਰੇ ਵੀਰ ਅੱਜ ਇਹ ਟੂਰਨਾਮੈਂਟ ਲਾਈਵ ਕਰ ਰਹੀ ਆ ਬਹੁਤ ਅੱਛੇ ਬਹੁਤ ਅੱਛੇ ਚਲੋ ਜੀ ਗੁਰਦੇਵ ਜੀ ਔਰ ਐਗਰੀ ਕੁਈਨ ਵੱਲੋਂ 7 ਨੰਬਰ ਕੈਚ ਚ ਬਹੁਤ ਹੀ ਅੱਛੀ ਖਿਡਾਰਨ ਦੇਖੋ ਦੇਖੋ ਕਵਰ ਕੀਤਾ ਦੇਖੋ ਸਾਰੇ ਖਿਡਾਰੀਆਂ ਨੇ ਸਾਨੂੰ ਆਪਣੀਆਂ ਬਾਹਾਂ ਉੱਤੇ ਮਾਂ ਜੀ ਜਿਹਨੂੰ ਪਾ ਲਿਆ ਆਪ ਦਿੱਤਾ ਜਾ ਨਹੀਂ ਚੁੱਕ ਚੁੱਕ ਦੀਵੇ ਬਾਬਲ ਜੀ ਨੇ ਪਾਲਿਆ ਪੁੱਤ ਬਣਾ ਕੇ ਚਾਚਾ ਚਾ ਕੀਤੇ ਪੂਰੇ ਅਵੜੀ ਰੱਖਿਆ ਕਾਲ ਜੇ ਲਾ ਕੇ ਬੱਚੋ ਆਣੀਆਂ ਮੈਂ ਨਾ ਚਮਕਾਉਣਾ ਪੂਰਾ ਖੇਡ ਮੈਦਾਨਾਂ ਚ ਜਾ ਕੇ ਪੂਰਾ ਖੇਡ ਮੈਦਾਨਾਂ ਹੁੰਦਾ ਨੇ ਖੇਡ ਮੈਦਾਨਾਂ ਵਿੱਚ ਜਾ ਕੇ ਇਹ ਧੀਆਂ ਦੇ ਮਾਪੇ ਨੇ ਹੱਕਦਾਰ ਵਧਾਈਆਂ ਨੇ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਮੈਚ ਬੜਾ ਵਧੀਆ ਮੈਚ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਫੇਰ ਹੈ ਫੇਰ ਦੇ ਐਗਰੀ ਕੁਈਨ ਥੋੜਾ ਵੀਰੇ ਕੱਟ ਮਾਰਨਾ ਜੇ ਬੈਟਰੀ ਬੂਟਰੀ ਚੇਂਜ ਕਰਨਾ ਤਾਂ ਕਰ ਦਿਓ ਜਾਂ ਨੇੜੇ ਹੋ ਜਾਈਏ ਧੰਨਵਾਦ ਕਰਦੇ ਹਾਂ ਕਿ ਬੈਟਰੀ ਬੂਟਰੀ ਚੇਂਜ ਕਰਨੇ ਤਾਂ ਕਰ ਦਿਓ ਬੜਾ ਪਿਆਰਾ ਸਾਊਂਡ ਹੈ ਭਰਾਵਾਂ ਦਾ ਬੜੀ ਵਧੀਆ ਆਵਾਜ਼ ਬਣੀ ਹੋਈ ਹੈ ਲੈ ਆਹ ਦੇਖੋ ਜੀ 10 ਨੰਬਰ ਕੈਪ ਚ ਕੁੜੀ ਨੂੰ ਜੱਫਾ ਲੱਗ ਗਿਆ ਮਾਈਆ ਆਪਣੀ ਮਾਂ ਸਮਝਾ ਲਾ ਬੋਲਣ ਦਾ ਉਹਨੂੰ ਢੰਗ ਸਿਖਾ ਲਾ ਨਹੀਂ ਤਾਂ ਚੱਪ ਜੂ ਕੋਈ ਚੰਨ ਮੈਂ ਮੈਂ ਬੁਰੀ ਕਰੂੰਗੀ ਨਾਜਾ ਕਰ ਦੂ ਬੰਦ ਨੇ ਮੈਂ ਬੁਰੀ ਕਰੂੰਗੀ ਦੇਖੋ 7 ਨੰਬਰ ਕੈਪ ਚ ਮੁੰਡਿਆਂ ਦਾ ਸਹਿਰ ਮੁੰਡਿਆਂ ਦਾ ਵਾਲਾਂ ਦਾ ਸਹਿਰ ਤੇ ਮੁੰਡਿਆਂ ਦਾ ਕਬੱਡੀ ਖੇਡਣ ਦਾ ਸਹਿਰ ਗੋਪੀ ਸਿੰਘ ਪ੍ਰਧਾਨ ਦੁਆਰਾ ਚੰਡੇ ਹੋਏ ਰੇਤਰ ਰੇਤ ਧਾਰੀਆਂ ਦੇ ਵਿਹੜੇ ਚ ਰੇਤ ਪਾਉਣ ਗਈ ਆ ਸੱਤੇ ਡਿਫੈਂਡਰ ਦੇਖੋ ਕੀ ਕਰਦੇ ਨੇ ਉਹ ਦੇਖੋ ਜੱਫਾ ਲੱਗਣ ਫਰੀਦਕੋਟ ਦੀਆਂ ਨੌਜਵਾਨ ਕੁੜੀਆਂ ਕਾਮਯਾਬ ਹੁਣ ਅੱਗੇ ਗੱਲ ਕਰੀ ਵੀ ਮਨਦੀਪ ਲੁਧਿਆਣੀ ਵਾਲਾ ਤਕੜਾ ਮੈਚ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਔਰ ਤਕੜੇ ਮੈਚ ਦੀ ਸ਼ੁਰੂਆਤ ਕੋਈ ਵਿਉਂਤਬੰਦੀ ਕੀਤੀ ਜਾ ਰਹੀ ਹੈ ਕੋਈ ਰਣਨੀਤੀ ਕੀਤੀ ਜਾ ਰਹੀ ਹੈ ਕਿ ਮੈਚ ਨੂੰ ਕਿੱਦਾਂ ਵਿਨ ਕਰਨਾ ਹੈ ਜਿੰਨੇ ਵੀ ਕੋਚ ਸਾਹਿਬਾਨ ਇੱਥੇ ਪੁੱਜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਕਾਰਯੋਗ ਸ਼ਸ਼ੀਰ ਤਾਂ ਜਿੰਨੀਆਂ ਵੀ ਸਟੇਜ ਤੇ ਬਿਰਾਜਮਾਨ ਹੈ ਜਿੰਨੇ ਵੀ ਸਾਡੇ ਓਨਰ ਆ ਜਿਨ੍ਹਾਂ ਨੇ ਇਸ ਟੂਰਨਾਮੈਂਟ ਦੇ ਵਿੱਚ ਵੱਡਾ ਯੋਗਦਾਨ ਪਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਸਤਿਕਾਰਯੋਗ ਵੀਰ ਜਿੰਨੇ ਵੀ ਕੋਚ ਸਾਹਿਬਾਨ ਜਿੰਨੇ ਵੀ ਟੀਚਰਸ ਪੁੱਜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਪੰਜਾਬ ਦੀਆਂ ਸ਼ੇਰ ਬੱਚੀਆਂ ਤਕੜਾ ਮੈਚ ਖੇਡਿਆ ਜਾ ਰਿਹਾ ਫਿਰ ਮੈਚ ਦੀ ਸ਼ੁਰੂਆਤ ਹੋਣ ਲੱਗੀ ਤੇ ਪਾਣੀ ਜ਼ਰੂਰ ਪੁੱਜਦਾ ਕਰੋ ਜੀ ਤਾਂ ਪਲੇਅਰਾਂ ਦੇ ਲਈ ਆ ਗਿਆ ਧੰਨਵਾਦ ਹੈ ਜੀ ਸਤਿਕਾਰਯੋਗ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਬਹੁਤ ਧੰਨਵਾਦ ਹੈ ਵਧੀਆ ਰੌਸ਼ਨੀ ਦੇ ਵਿੱਚ ਮੈਚ ਖੇਡੇ ਜਾ ਰਹੇ ਹੈ ਵੱਖਰੀ ਜੀ ਗੱਲ ਹੈ ਮੇਰੇ ਵੀਰੋ ਵਰਲਡ ਕੱਪ ਵਾਲਾ ਮਾਹੌਲ ਸਰੀਤਾ ਸਾਰੇ ਸਤਿਕਾਰਯੋਗ ਵੀਰਾਂ ਦੇ ਲਓ ਐਗਰੀ ਕੁਈਨ ਦੀ ਤਰਫੋਂ ਵਾਈਟ ਕਿਰਨ ਦੇ ਵਿੱਚ
10 ਨੰਬਰ ਦੇ ਟਿਕਟ ਦੇ ਵਿੱਚ ਨੌਜਵਾਨ ਮਟਿਆਰ ਨੂੰ ਹਲਕਾ ਟੱਚ ਦੇ ਪੁਆਇੰਟ ਐਗਰੀ ਕੁਇਨਸ ਦੀ ਟੀਮ ਦੇ ਹਿੱਸੇ ਜੁੜ ਗਿਆ ਹੈ। ਕਬੱਡੀ ਕਬੱਡੀ ਮੂੰਹ ਦੇ ਵਿੱਚ ਕੀਤੀ ਜਾ ਰਹੀ ਕਿਉਂਕਿ ਜਿਹੜੇ ਸਰਕਲ ਦੇ ਮੈਚ ਉਹ ਵੱਖਰੀ ਗੱਲ ਹੁੰਦੀ ਨੈਸ਼ਨਲ ਦੇ ਮੈਚਾਂ ਵਿੱਚ। ਆਫ ਨੰਬਰ ਕੈਚ ਚ ਜਲੰਧਰ ਦੀ ਸਾਈਡ ਤੋਂ ਗ੍ਰੇਟਰ ਰੇਟ ਪਾ ਰਹੀ ਆ, ਦੇਖੋ ਆਪਣਾ ਬੋਨਸ ਪੁਆਇੰਟ ਲੈ ਕੇ ਵਾਪਸ ਪਹੁੰਚੀ ਆ। ਹੁਣ ਐਂਗਰੀ ਕੁਈਨ ਵੱਲੋਂ 7 ਨੰਬਰ ਕਿੱਟ ਚ ਰੇਟਰ ਰੇਟ ਪਾ ਰਹੀ ਆ, 5 ਡਿਫੈਂਡਰ ਨੇ, ਦੇਖੋ ਕੀ ਬਣਦਾ ਹੈ। ਆਹ ਟੱਚ ਲਾ ਕੇ ਆਪਣੇ ਘਰ ਦਾ, ਬਹੁਤ ਅੱਛੇ ਬਹੁਤ ਅੱਛੇ। ਹੈਲੋ, ਇਸ ਤੋਂ ਤੁਰੰਤ ਬਾਅਦ ਲੜਕੇ ਦੀ ਟੀਮਾਂ ਤਿਆਰ ਰਹਿਣਗੇ ਜੀ, ਕਿਆਲਾ ਪੈਂਥਰ ਵਰਸਸ ਫ੍ਰੀਸਕਟ ਫਾਈਟਰ ਕੋਰ 7 ਲੋਕਾਂ। ਇਸ ਸਮੇਂ ਮੈਚ ਤੋਂ ਤੁਰੰਤ ਬਾਅਦ ਦੋਵੇਂ ਟੀਮਾਂ ਗਰਾਊਂਡ ਵਿੱਚ ਰਿਪੋਰਟ ਕਰਦੀ, ਪਟਿਆਲਾ ਪੈਂਥਰ ਵਰਸਸ ਫ੍ਰੀਸਕਟ ਫਾਈਟਰ, ਪਟਿਆਲਾ ਪੈਂਥਰ ਵਰਸਸ ਫ੍ਰੀਸਕਟ ਫਾਈਟਰ। ਲੜਕਿਆਂ ਦੀਆਂ ਦੋਵੇਂ ਟੀਮਾਂ ਕਿਰਪਾ ਕਰਕੇ ਰੈਡੀ ਰਹਿਣਗੀਆਂ। ਉਸ ਤੋਂ ਬਾਅਦ ਨੈਕਸਟ ਮੈਚ ਹੋ ਜਾਏਗਾ, ਇਹਨਾਂ ਟੀਮਾਂ ਦਾ ਖੇਡਿਆ ਜਾਵੇਗਾ ਸੁਪਰ 7 ਕਬੱਡੀ ਲੀਗ ਸੀਜ਼ਨ 3 ਔਰ ਸੈਕੰਡ ਮੈਚ ਖੇਡਿਆ ਜਾ ਰਿਹਾ ਲੜਕੀਆਂ ਦਾ। ਇੱਕ ਪਾਸੇ ਜਿਹੜੀ ਟੀਮ ਹੈ ਉਹ ਐਗਰੀ ਕੁਈਨਸ ਦੀ ਟੀਮ ਆ, ਦੂਸਰੇ ਪਾਸੇ ਜਿਹੜੀ ਟੀਮ ਹੈ ਉਹ ਤ੍ਰਿਜੀ ਕੈਟਸ ਦੀ ਟੀਮ ਹੈ। ਪਿੰਕ ਕਿੱਟ ਦੇ ਵਿੱਚ ਅੱਜ ਕਬੱਡੀ ਜਿਹੜੀ ਹੈ ਐਗਰੀ ਕੁਈਨਸ ਦੀ ਤਰਫੋਂ ਨੌਜਵਾਨ ਮੁਟਿਆਰ ਪਾ ਰਹੀ ਹੈ ਔਰ 3 ਡਿਫੈਂਡਰਸ ਨੇ ਖੇਡ ਦੇ ਮੈਦਾਨ ਦੇ ਵਿੱਚ। ਐਨ ਤਕੜਾ ਮੈਚ ਦੋਹਾਂ ਟੀਮਾਂ ਦੇ ਦਰਮਿਆਨ ਪੰਜਾਬ ਦੀਆਂ 6 ਬੱਚੀਆਂ ਦਾ ਖੇਡਿਆ ਜਾ ਰਿਹਾ ਕਿ ਪੁੱਤਰਾਂ ਵਾਂਗੂ ਜਿੱਦਣਾ ਕਰਦੀਆਂ ਮੂਹਰੇ ਹੋ ਰਹਿਣ ਮਰਦੀਆਂ ਫੇਰ। ਹਾਂਜੀ, ਸਾਡੇ ਸੁਖਮ ਸਿੰਘ ਕਬੱਡੀ ਲੀਗ ਦੇ ਮੈਂਬਰ ਸਰਦਾਰ ਸਿਮਰਜੀਤ ਸਿੰਘ ਜੀ ਡੱਲੇ ਵਾਲਾ ਸਾਡੇ ਦਰਮਿਆਨ ਆਉਂਦੇ ਨੇ, ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਹਾਂ। ਉਹਨਾਂ ਨੂੰ ਸਰਦਾਰ ਗੁਰਦਿਆਲ ਸਿੰਘ ਜੀ ਸੇਖੋਂ ਤੇ ਸਿਮਰਜੀਤ ਸਿੰਘ ਜੀ ਦਾ ਇਸ ਕਬੱਡੀ ਐਸੋਸੀਏਸ਼ਨ ਸੁਪਰ 7 ਕਬੱਡੀ ਲੀਗ ਦੇ 3 ਡਿਵੀਜ਼ਨ ਵਿੱਚ ਮੈਚ ਦੀ ਫੇਰ ਸ਼ੁਰੂਆਤ ਹੋ ਗਈ ਹੈ। ਇੱਧਰ ਸਾਡਾ ਵੀਰ ਗੋਲਡੀ ਵੀ ਰੰਗ ਬੰਦੀ ਆਉਂਦਾ। ਹੈਲੋ, ਟਕੜਾ ਮੈਚ ਜੀ। ਹੈਲੋ, ਆ ਬੱਚੇ ਜਿਹੜੇ ਬੈਠੇ ਆ, ਕੁੜੀਆਂ ਬੈਠੀਆਂ ਚੇਅਰ ਤੇ, ਬੇਟਾ ਲੇਡੀਜ਼ ਲਈ ਰਿਜ਼ਰਵ ਨਹੀਂ ਛੱਡ ਦਿਓ ਤੁਸੀਂ। ਇੱਕ ਬੇਨਤੀ ਵਾਰ ਵਾਰ ਕਰਦੇ ਸਾਡੇ ਵੀਰ ਵੀ, ਜਿਹੜੀਆਂ ਚੇਅਰਸ ਲੱਗੀਆਂ, ਜਿਹੜੇ ਸੋਫੇ ਲੱਗੇ ਸਾਡੇ ਸਤਿਕਾਰਯੋਗ ਸੱਜਣਾਂ ਦੇ, ਜਿਹਨਾਂ ਨੂੰ ਅਸੀਂ ਇਨਵਾਈਟ ਕੀਤਾ, ਜਿਹੜੇ ਸਾਡੇ ਸਤਿਕਾਰਯੋਗ ਵੀਰ ਆਉਣੇ ਆ, ਕਿਰਪਾ ਕਰਕੇ ਆਪਾਂ ਨੂੰ ਜ਼ਰੂਰ ਖਾਲੀ ਕਰੀਏ, ਸਾਥ ਦਈਏ ਪ੍ਰਬੰਧਕਾਂ ਦਾ। ਲੈ ਤੇਜੀ ਕੈਟਸ ਦੀ ਤਰਫ ਫਿਰ ਕਬੱਡੀ ਪੈ ਗਈ ਹੈ। 3 ਡਿਫੈਂਡਰਸ ਨੇ ਮੇਰੇ ਵੀਰ, ਪਹਿਲਾਂ 3 ਉੱਧਰ ਸੀ, 5 ਇੱਧਰ ਸੀ, ਹੁਣ 5 ਉੱਧਰ ਤੇ 3 ਇੱਧਰ। ਮੈਚ ਲੈ ਸਾਡੇ ਮੈਂ ਦਰਸ਼ਕ ਪੂਰਾ ਫਸਿਆ ਪਿਆ ਖੇਡ ਦੇ ਮੈਦਾਨ ਦੇ ਵਿੱਚ। 10 ਨੰਬਰ ਕਿੱਟ ਦੇ ਵਿੱਚ ਫਿਰ ਛੋਟੇ ਜਿਹੇ ਗੱਦ ਵਿੱਚ ਨੌਜਵਾਨ ਮੁਟਿਆਰ ਕਬੱਡੀ ਤਾਰੀ ਐਗਰੀ ਕੁਈਨ ਦੀ ਤਰਫੋਂ ਖੇਡ ਦੇ ਮੈਦਾਨ ਵਿੱਚ ਪੈਂਦੀ ਹੋਈ ਕਬੱਡੀ, ਪਰ ਪੁਆਇੰਟ ਕਿਸੇ ਟੀਮ ਦੇ ਹਿੱਸੇ ਨਹੀਂ ਆਇਆ। ਅਗਲੀ ਰੇਲ ਕ੍ਰੇਜ਼ੀ ਕੈਟਸ ਦੀ ਤਰਫੋਂ ਪਿੰਕ ਕਿੱਟ ਦੇ ਵਿੱਚ ਪੈ ਰਹੀ ਹੈ ਕਬੱਡੀ ਔਰ 3 ਡਿਫੈਂਡਰਸ ਨੇ ਐਗਰੀ ਕੁਈਨਸ ਦੀਆਂ। ਮੇਰੀ ਬੇਨਤੀ ਆ ਲੜਕਿਆਂ ਦੀਆਂ, ਅਗਲੀਆਂ ਦੋਵੇਂ ਟੀਮਾਂ ਪਟਿਆਲਾ ਪੈਂਥਰਸ ਔਰ ਫਰੀਦਕੋਟ ਫਾਈਟਰਸ, ਇਹ ਦੋਵੇਂ ਟੀਮਾਂ ਲੜਕਿਆਂ ਦੀਆਂ ਕਿਰਪਾ ਕਰਕੇ ਰੈਡੀ ਰਹਿਣਗੀਆਂ। ਗੁਰਿੰਦਰ ਜੀ, ਕਰੋ ਕੁੜੀ ਦੀ ਗੱਲ। ਮਨਦੀਪ ਸਿੰਘ, ਇਹ ਕੁੜੀ ਜਿੰਨੀ ਦਿੱਖੀ ਆ ਉਹਨੇ ਦਿੱਖੀ ਆ, ਫਿਰ ਵਾਈਟ ਕੈਕਰ ਕ੍ਰੇਜ਼ੀ ਕੈਪ ਦੀ 1 ਨੰਬਰ ਕੈਪ ਤੇ ਰੇਟ ਰੇਡ ਪਾਉਣ ਗਈ ਆ। ਉਧਰੋਂ 5 ਡਿਫੈਂਡਰ ਨੇ, ਦੇਖੋ ਹੱਥ ਲਾ ਕੇ ਮੁੜਦੀ ਜਾਂ ਵੈਸੇ ਮੁੜਦੀ ਆ। ਦੇਖੋ ਮੈਚ ਬਹੁਤ ਹੀ ਫਤਿਹ ਆ, ਕਹਿੰਦੇ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ, ਦੋਨੇ ਪਾਸੇ ਫੌਜਾਂ ਭਾਰੀਆਂ ਨੇ। ਅੱਜ ਹੁੰਦੀ ਤਾਂ ਸਰਕਾਰ ਮੁੱਲ ਪਾਉਂਦੀ, ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ, ਜਿਹੜੀਆਂ ਖਾਲਸੇ ਨੇ ਤੇਗਾ ਮਾਰਿਆ। ਸ਼ਾਹ ਮੁਹੰਮਦ ਹੈ ਇੱਕ ਸਰਕਾਰ ਵਜੋਂ ਕੇ ਅੰਤ ਨੂੰ ਹਾਰੀਆਂ ਨੇ, ਇਹ ਸ਼ਾਹ ਮੁਹੰਮਦ ਦੀਆਂ ਲਿਖੀਆਂ ਹੋਈਆਂ ਲਾਈਨਾਂ। ਪਰ ਉੱਧਰ ਦਰਸ਼ਕਾਂ ਨੇ ਤਾੜੀਆਂ ਮਾਰੀਆਂ, ਇਹ ਉਸ ਟਾਈਮ ਦੀਆਂ ਲਾਈਨਾਂ ਲਿਖੀਆਂ ਹੋਈਆਂ ਮੇਰੇ ਵੀਰੋ, ਜਦੋਂ ਮਹਾਰਾਜਾ ਰਣਜੀਤ ਸਿੰਘ ਜੀ
ਸੁਰਗਵਾਸ ਹੋ ਗਏ ਸੀ ਔਰ ਬਾਅਦ ਵਿੱਚ ਅੰਗਰੇਜ਼ਾਂ ਦੇ ਮੇਰੇ ਵੀਰ ਸਿੱਖਾਂ ਦੀ ਟੱਕਰ ਹੋਈ ਜਿਹਦੇ ਵਿੱਚ ਭਾਰੀ ਨੁਕਸਾਨ ਹੋਇਆ ਨਾ। ਪਹਿਲੀ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਤਕੜਾ ਮੈਚ ਪਰ ਜਿਹੜਾ ਰੇਡਰ ਆਊਟ ਤੇ ਪੁਆਇੰਟ ਜਿਹੜਾ ਕ੍ਰੇਜ਼ੀ ਕੈਚ ਸੀ ਟੀਮ ਦੇ ਸੀ ਜੁੜ ਗਿਆ। ਜਿਹਦੇ ਵੀ ਅਫੀਸ਼ੀਅਲ ਬੜੇ ਵਧੀਆ ਫੈਸਲੇ ਐਨ ਪੂਰੇ ਧਿਆਨ ਦੇ ਨਾਲ ਕਰ ਰਹੇ ਹੈ ਸਾਰੇ ਸਰਕਾਰ ਵੀ ਸਾਡੇ ਜਿੰਨੇ ਵੀ ਅਫੀਸ਼ੀਅਲ ਬੈਠੇ ਆ ਜਾਂ ਪੁਆਇੰਟਾਂ ਦੀ ਸੇਵਾ ਕਰਦੇ ਆ ਔਰ ਜਾਂ ਟੂਰਨਾਮੈਂਟ ਦੇ ਵਿੱਚ ਰੈਫਰੀ ਸਾਹਿਬਾਨ ਦੀ ਸੇਵਾ ਕਰਦੇ ਆ ਸਾਡੇ ਅਫੀਸ਼ੀਅਲਸ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਕ੍ਰੇਜ਼ੀ ਕੈਚ ਦੀ ਤਰਫੋਂ ਮੁੰਡਿਆਂ ਵਾਂਗੂ ਕਬੱਡੀ ਪੈ ਰਹੀ ਆ ਕਿ ਮੁੰਡਿਆਂ ਵਾਂਗੂ ਜਿੰਦਗਾ ਕਰਦੀਆਂ ਲੂੜੇ ਉਹ ਰਹਿਣ ਮਰਦੀਆਂ ਫੇਰ ਵੀ ਕਹੇ ਨਕੰਮੀਆਂ ਨੀ ਮਾਏ ਧੀਆਂ ਝਿੜਕਾ ਖਾਨ ਜੰਮੀਆਂ ਨੀ ਮਾਏ ਧੀਆਂ ਝਿੜਕਾ ਖਾਨ। ਦੋ ਨੰਬਰ ਕੈਚ ਚ ਫਰੀਦਕੋਟ ਵੱਲੋਂ ਨੌਜਵਾਨ ਕੁੜੀ ਨੇ ਰੇਡ ਪਾਈ ਆ। ਦੇਖੋ ਪੰਜ ਛੇ ਡਿਫੈਂਡਰ ਆ ਦੇਖੋ ਖੱਬੇ ਸੱਜੇ ਹੱਥ ਲਾਉਣ ਦਾ ਟੋਟਾ ਦਾ ਇਸ਼ਾਰਾ ਸੀ ਉਹ ਕੁਇਨ ਰੇਡਰ ਦੇ ਹੱਕ ਕੁਇਨ ਰੇਡਰ ਦੇ ਹੱਕ ਹੈਲੋ। ਹੁਣ ਜਿਹੜੇ ਆਪਣੇ ਇਸ ਗਰਾਊਂਡ ਦੇ ਲੜਕੇ ਨੇ ਸੀਨੀਅਰ ਉਹਨਾਂ ਨੂੰ ਬੇਨਤੀ ਆ ਵੀ ਇੱਥੋਂ ਮੁੜ ਕੇ ਆਪਾਂ ਗਰਾਊਂਡ ਬੋਆਇਜ਼ ਲਈ ਤਿਆਰ ਕਰਨਾ ਤੇ ਨੇੜੇ ਰਹਿਣ ਗਰਾਊਂਡ ਦੇ। ਬਹੁਤ ਬਹੁਤ ਧੰਨਵਾਦ ਸਾਡੇ ਸੈਕਟਰੀ ਸਾਹਿਬ ਸਰਕਾਰੀਓ ਜਿੰਨੇ ਵੀ ਸੇਵਾ ਕਰ ਰਹੇ ਨੇ ਬਿਲਕੁਲ ਸਹੀ ਗੱਲ ਆ। ਕਾਫੀ ਵਾਰੀ ਅਨਾਊਂਸ ਕੀਤਾ ਵੀ ਜਿਹੜਾ ਅਗਲਾ ਮੈਚ ਆ ਉਹ ਲੜਕਿਆਂ ਦਾ ਖੇਡਿਆ ਜਾਣਾ ਔਰ ਦੋਵੇਂ ਲੜਕਿਆਂ ਦੀਆਂ ਟੀਮਾਂ ਜਿਹੜੇ ਸਾਡੇ ਕੋਲ ਸਾਹਿਬਾਨ ਕਿਰਪਾ ਕਰਕੇ ਜ਼ਰੂਰ ਸਾਡੇ ਪ੍ਰਬੰਧਕਾਂ ਦੇ ਨਾਲ ਰਾਬਤਾ ਕਾਇਮ ਕਰਨਗੇ ਔਰ ਜਿਹੜਾ ਅਗਲਾ ਮੈਚ ਹੈ ਉਹ ਲੜਕਿਆਂ ਦਾ ਖੇਡਿਆ ਜਾਣਾ। ਟਾਈਮ ਆਊਟ ਆ ਸਰ ਮਿਊਜ਼ਿਕ ਲਾ ਸਾਡੇ ਮੈਚ ਦੇ ਖਿਡਾਰੀਆਂ ਨੂੰ ਬੇਨਤੀ ਆ ਕਿ ਕਿਰਪਾ ਕਰਕੇ ਮੋਬਾਈਲ ਲੈ ਗਏ ਨੇ। ਵੱਡੇ ਜਿਗਰੇ ਨਾ ਬਦਲੇ ਹਾਲਾਤ ਜਾਂਦੇ ਆ ਬੜਾ ਵਧੀਆ ਗੀਤ ਹੈ ਇਹ ਰੂਹ ਤੂਰ ਦਾ ਅਤਰੋ ਤਾਜ਼ਾ ਕਰਦਾ ਮੇਰੇ ਵੀਰੋ। ਪਰ ਮੈਚ ਦੀ ਸ਼ੁਰੂਆਤ ਹੋ ਗਈ ਹੈ ਐਂਗਰੀ ਕੁਈਨਸ ਦੀ ਤਰਫੋਂ ਨੌਜਵਾਨ ਮੁਟਿਆਰ ਫਿਰ ਕਬੱਡੀ ਪਾ ਰਹੀ ਹੈ ਸੱਜੇ ਖੱਬੇ ਇੱਕ ਤੂਫਾਨ ਜਿਹਾ ਮੇਰੇ ਵੀਰੋ ਵੱਜ ਗਿਆ ਖੇਡ ਦੇ ਮੈਦਾਨ ਦੇ ਵਿੱਚ ਕਿਉਂਕਿ ਰੇਡਰ ਪੂਰੀ ਟੌਪ ਨਹੀਂ ਪਰ ਜਾਤੀ ਗੱਪਾਂ ਵਧੀਆ ਲੱਗਿਆ ਤਾੜੀ ਮਾਰਦੇ ਹਰੇ ਗੱਪਾਂ ਵਧੀਆ ਲੱਗਿਆ ਤਾੜੀ ਮਾਰ ਦਿਓ ਤਾੜੀ ਮਾਰ ਗੁੱਡ ਡਿਸੀਜਨ ਦਰਸ਼ਕੋ ਜੇ ਮੈਚ ਵਧੀਆ ਲੱਗਦਾ ਹੈ ਕਬੱਡੀ ਦੇ ਪ੍ਰਬੰਧ ਵਧੀਆ ਲੱਗਦਾ ਇੱਕ ਜ਼ੋਰਦਾਰ ਤਾੜੀ ਮਾਰ ਕੇ ਦੱਸੋ ਮੇਰੇ ਵੀਰ ਵਧੀਆ ਮੈਚ ਕਿਸ ਨੌਜਵਾਨ ਮੁਟਿਆਰ ਨੇ ਜੱਫਾ ਲਾਉਣਾ ਗੱਲ ਸਮਝਦੀ ਆ। ਲੜਕਿਆਂ ਦੀਆਂ ਦੋਵੇਂ ਟੀਮਾਂ ਉਹ ਕਿਰਪਾ ਕਰਕੇ ਜ਼ਰੂਰ ਹੈ ਗਰਾਊਂਡ ਦੇ ਲਾਗੇ ਆਉਣਗੀਆਂ ਅਗਲਾ ਮੈਚ ਲੜਕਿਆਂ ਦਾ ਔਰ ਸਾਡੇ ਕੋਚ ਸਾਹਿਬਾਨ ਕਿਰਪਾ ਕਰਕੇ ਉਹ ਵੀ ਪ੍ਰਬੰਧਕਾਂ ਦੇ ਨਾਲ ਰਾਬਤਾ ਕਾਇਮ ਕਰਨਗੇ। ਅਗਲੀ ਰੇਡ ਦੋ ਨੰਬਰ ਕਿਰਟ ਦੇ ਵਿੱਚ ਐਗਰੀ ਕੁਈਨ ਦੀ ਤਰਫੋਂ ਪੈ ਗਈ ਹੈ ਐਨ ਚਿੱਟੀ ਕਿਰਟ ਦੇ ਵਿੱਚ ਗੁਰਦ ਜੀ ਕਰੋ ਗੱਲ ਜੀ। ਹਾਂਜੀ ਪੁਆਇੰਟ ਮੇਰੇ ਨਾਲ ਚੋਂ ਟੱਚ ਹੋ ਗਿਆ ਨਾ ਟੋ ਟੱਚ ਹੋ ਗਿਆ ਦੁਬਾਰਾ ਫਿਰ ਨਿੱਕੇ ਜੇ ਕਰਦੀ ਜਿੰਨੀ ਟਿੱਕੀ ਓਨੀ ਟਿੱਕੀ। ਦੇਖੋ ਹੁਣ ਦੋ ਅੱਪ ਨੰਬਰ ਕਿਰਟ ਜਲੰਧਰ ਵੱਲੋਂ ਬਹੁਤ ਤੇਜ਼ ਤੇ ਤਰਾਕ ਕੁੜੀ ਆ ਗੱਲ ਇਹ ਜਜ਼ਬੇ ਦੀ ਆ ਗੱਲ ਇਹ ਫੁਰਤੀ ਦੀ ਆ। ਦੇਖੋ ਗੁਰਪ੍ਰੀਤ ਦੀਆਂ ਥੱਕੀਆਂ ਹੋਈਆਂ ਜੁੱਤਾਂ ਇੱਥੇ ਕੰਮ ਆਉਂਦੀਆਂ ਕਿ ਉਹ ਦੇਖੋ ਲੱਤ ਫੜੀਆਂ ਪਰ ਪੁਆਇੰਟ ਅਜੇ ਦੇਖਦੇ ਫੜੀ ਲਾਇਆ ਸੀ ਕਿਉਂਕਿ ਉਹਨੂੰ ਆਏ ਸੀ ਵੀ ਕੋਈ ਇੱਕ ਹੋਰ ਟੱਚ ਕਰਨ ਦੇ ਹੱਥ ਫੇਕ ਲੈਣਾ ਕਿਉਂਕਿ ਇਹ ਪਹਿਲੇ ਜ਼ੋਰ ਦੀ ਖੇਡ ਦੀ ਤਕਨੀਕ ਦੀ ਖੇਡ ਆ ਦਿਮਾਗ ਦੀ ਖੇਡ ਆ ਫੁਰਤੀ ਦੀ ਖੇਡ ਹੈ ਜਾਂ ਫਿਰ ਪੁਆਇੰਟ ਹੈ ਮੇਰੇ ਵੀਰ। ਐਗਰੀ ਕੁਈਨਸ ਦੀ ਟੀਮ ਨੇ ਸੀ ਕਿਉਂਕਿ ਇੱਕ ਉੱਧਰ ਤੇ ਇੱਕ ਉੱਧਰ ਉੱਧਰ ਵੀ ਜੱਫਾ ਲੱਗ ਜਾਂਦਾ ਇੱਧਰ ਵੀ ਲੱਗ ਜਾਂਦਾ ਮੈਂ ਪੂਰਾ ਫਸਿਆ ਪਿਆ ਕਿਉਂਕਿ ਦੋਨੇ ਟੀਮਾਂ ਸਿਰੇ ਦੀਆਂ ਔਰ ਸਾਡੇ ਕੋਚ ਸਾਹਿਬਾਨ ਜਿੰਨੇ ਵੀ ਲੈ ਕੇ ਪੁੱਜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਮੈਂ ਫਿਰ ਇੱਕ ਜਿਹੜਾ ਰੇਡਰ ਸੇਫ ਤੇ ਪੁਆਇੰਟ ਹੈ ਕ੍ਰੇਜ਼ੀ ਕੈਟਸ ਦੀ ਟੀਮ ਦੇ ਜੁੜ ਗਏ ਹੈ ਮੈਚ ਫਿਰ ਹਾਫ ਮਿਊਜ਼ਿਕ ਮੈਚ ਸਮਾਪਤ ਹੋ ਗਿਆ ਜੀ ਮੈਚ ਸਮਾਪਤੀ ਪਹੁੰਚ ਚੁੱਕਾ ਵਾ। ਦੇਖੋ
ਕ੍ਰੇਜੀ ਪੀਟ ਹੈ ਅਪਰਜੀ ਕਰਨ ਤੇ ਐਂਗਰੀ ਮੈਨ ਦਾ ਫੈਂਸਾ ਬੋਲਾ ਮੇਰਾ ਵੀਰ ਆ ਗੁਰਪ੍ਰੀਤ ਪ੍ਰਧਾਨ ਵਧਾਈ ਦਾ ਪੱਤਰ ਆ ਜਿਨ੍ਹਾਂ ਦੀ ਟੀਮ ਜਿੱਤ ਕਰ ਗਈ ਆ। ਮੈਂ ਬਹੁਤ ਹੀ ਧੰਨਵਾਦ ਕਰਦਾ ਜਿਹੜੇ ਕਿ ਸਪੈਸ਼ਲ ਸਾਡੇ ਕੋਲ ਜਲੰਧਰ ਤੋਂ ਪਹੁੰਚੇ ਹੋਏ ਨੇ। ਬਹੁਤ ਹੀ ਅੱਛੀ ਟੀਮ ਤਿਆਰ ਲਓ। ਹਾਂਜੀ ਪਰਮ ਜੀ, ਪਰਮ ਜੀ ਆ ਜਾਓ ਜੀ। ਹਾਂਜੀ ਹੈਲੋ ਹੈਲੋ ਐਂਡੀ ਐਂਡੀ ਮੇਰਾ ਵੀ ਰੂੜੇ ਇੱਕ ਮਿੰਟ ਗਰਾਊਂਡ 'ਤੇ